ਯਾਰ ਸ਼ਰਿਆ, ਉਹ ਜਿਹੜੀ ਆਪਣੀ ਕੋਠੀ ਸੀ ਸ਼ਹਿਰ, ਉਹ ਯਾਰ ਉਹਦੀ ਕੋਈ ਮੁਰੰਮਤ ਕਰਾਉਣੀ ਸੀ, ਕਿਉਂਕਿ ਆਹ ਤਾਂ ਆਪਾਂ ਲੈ ਲਿਆ ਕਿਰਾਏ ਤੇ। ਚਲੋ ਉਹਦਾ ਕਿਰਾਇਆ 25,000 ਵੀ ਹੋਵੇ, ਇਹਦਾ 10,000 ਹੈਗਾ, ਚਲੋ 15,000 ਤਾਂ ਆਪਾਂ ਨੂੰ ਬਚਤ ਹੁੰਦੀ ਆ ਨਾ। ਉਹ ਯਾਰ ਉਹਦੀ ਕੋਈ ਮੁਰੰਮਤ ਕਰਾਈਏ, ਉਹਨੂੰ ਕਿਰਾਏ ਤੇ ਦੇਈਏ ਆਪਾਂ। ਚਲੋ ਆਪਾਂ ਨਾ ਵੀ ਕੰਮ ਕਰੀਏ, ਸਕੂਨ ਨਾਲ ਬਹਿ ਕੇ ਖਾ ਤਾਂ ਸਕਦੇ ਆ ਨਾ ਯਾਰ। ਆਪਾਂ ਨੂੰ ਪ੍ਰੋਪਰਟੀ ਦਾ ਫਾਇਦਾ ਕੀ ਆ? ਜਦੋਂ ਆਪਾਂ ਉਹ ਤੋਂ ਫਾਇਦਾ ਹੀ ਨਾ ਉਠਾਈਏ ਤੇ ਫਿਰ ਸਾਡੇ ਸਾਨੂੰ ਬੇਵਕੂਫ ਹੀ ਕਹਿਣਾ ਲੋਕਾਂ ਨੇ। ਯਾਰ ਉਹਦੀ ਕੋਈ ਮੁਰੰਮਤ ਕਰਾ, ਠੀਕ ਹੋ ਗਿਆ ਭਾਈ। ਆਹੋ ਉਹ ਜਲਦੀ ਜਲਦੀ ਉਹਦੀ ਮੁਰੰਮਤ ਕਰਾ, ਤੇ ਉਹਨੂੰ ਕਿਸੇ ਕਿਰਾਏ ਤੇ 4,000 ਯਾਰ, ਠੀਕ ਹੋ ਗਿਆ। ਨਹੀਂ ਤਾਂ ਇੰਨਾ ਕਿੰਨਾ ਤੱਕ ਅਸੀਂ ਆਪਾਂ ਘਰੋਂ ਖਰਚਾ ਕੱਢਾਂਗੇ? ਓ ਨੋ, ਆਹੋ ਗੱਲ ਕਰ ਤੇ ਆਪਣਾ ਮੁਰੰਮਤ ਕਰਾਓ ਕੋਠੀ ਦੀ, ਠੀਕ ਕਰਵਾ ਦਿੰਦੇ ਹਾਂ। ਜਲਦੀ ਜਲਦੀ ਕਰ, ਠੀਕ ਯਾਰ। ਮੇਰੀ ਦਿਲ ਇਹ ਬਈ ਇੱਥੇ ਰਹਿਣ ਤੋਂ ਪਹਿਲੇ ਨਾ ਮੈਂ ਗਵਾਢੀਆਂ ਨਾਲ ਨਾ ਕੋਈ ਗੱਲ ਕਰ ਲਈ, ਕਿਉਂਕਿ ਮੇਰਾ ਦਿਮਾਗ ਹਲ ਜਾਂਦਾ, ਤੂੰ ਨਾ ਦੀ ਮੇਰੀ ਲੜਾਈ ਹੋ ਜਾਵੇ। ਚੱਲ ਗੱਲ ਕਰਨੇ ਆ, ਸਮਝ ਗਿਆ ਨਾ ਜੋ ਕੁਛ ਮੈਂ ਤੈਨੂੰ ਕਿਹਾ? ਹਾਂ ਭਾਈ, ਸਮਝ ਗਿਆ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਹੋਰ ਭਾਈ? ਹੋਰ ਭਾਈ ਜਾਨ ਠੀਕ ਠਾਕ, ਅੱਲਾ ਦਾ ਸ਼ੁਕਰ ਆ। ਭਾਈ ਜਾਨ ਮੇਰੀ ਗੱਲ ਪਤਾ ਕੀ ਹੈ, ਅਤੇ ਮੈਂ ਤੁਹਾਡੇ ਗਵਾਢੂ ਲਿਆ ਇੱਥੇ ਮਕਾਨ ਕਿਰਾਏ। ਅੱਛਾ ਅੱਛਾ। ਅਤੇ ਮੈਂ ਇਹ ਚਾਹੁੰਦਾ ਵੀ ਤੁਹਾਡਾ ਮੇਰਾ ਕੋਈ ਐਸਾ ਮਸਲਾ ਨਾ ਬਣੇ ਜਿਸ ਵਜ੍ਹਾ ਤੋਂ ਬਈ ਹਮਸਾਏ ਨਾਲ ਕੋਈ ਮੇਰੇ ਕੋਲ ਵਾਧਾ ਘੱਟ। ਉਹ ਭਾਈ ਸਾਡਾ ਹਮਸਾਇਆ ਸਾਡੇ ਸਿਰ 'ਤੇ ਬਹਿ ਯਾਰ, ਅਸੀਂ ਤੈਨੂੰ ਕੀ ਕਹਿੰਦੇ ਹਾਂ? ਸਾਨੂੰ ਤਾਂ ਖੁਸ਼ੀ ਆ ਤੂੰ ਸਾਡਾ ਹਮਸਾਇਆ ਬਣ ਗਿਆ ਯਾਰ। ਹਾਂ ਯਾਰ, ਉਹ ਆਖਣ ਦਾ ਮਤਲਬ ਨਹੀਂ, ਕਿਉਂਕਿ ਮੇਰਾ ਹੈ ਦਿਮਾਗ ਐਵੇਂ ਬਸ ਪੁੱਠਾ ਜੀ ਹੈ, ਅਤੇ ਜ਼ਿਆਦਾ ਇੱਥੇ ਨਾ ਤੁਹਾਡੀ ਖੱਪ ਖੁੱਪ ਨਹੀਂ ਆਉਣੀ ਚਾਹੀਦੀ। ਉਹ ਯਾਰ ਯਾਰ ਤੈਨੂੰ ਕੋਈ ਨੁਕਸਾਨ ਹੋਇਆ ਇਸ ਗੱਲ ਦਾ? ਅਸੀਂ ਤਾਂ ਹਾਲੇ ਬੋਲੇ ਹੀ ਨਹੀਂ ਭਾਈ, ਹਾਲੇ ਤੂੰ ਆ ਕੇ ਬੈਠਾ ਵਾ ਤਾਂ ਪਹਿਲੇ ਤੂੰ ਆਪਣੇ ਦੱਸਣ ਲੱਗ ਪਿਆ ਯਾਰ। ਮੇਰਾ ਸਮਾਨ ਉਹ ਆਇਆ ਖਲਾ ਰੇਹੜੀ 'ਤੇ ਆਉਂਦਾ। ਅੱਛਾ। ਅਤੇ ਮੇਰੇ ਆਖਣ ਦਾ ਮਤਲਬ ਇਹ ਕਿ ਮੈਂ ਜਿਸ ਟਾਈਮ ਦਾ ਆਇਆ ਨਾ, ਮੈਂ ਪਹਿਲੇ ਹਮਸਾਇਆਂ ਨੂੰ ਨਾ ਆਗਾਹ ਕਰ ਦੇਵਾਂ ਯਾਰ, ਕਿ ਤੁਹਾਡਾ ਮੇਰਾ ਕੋਈ ਐਸਾ ਮਸਲਾ ਨਾ ਬਣੇ ਜਿਸ ਵਜ੍ਹਾ ਕਰਕੇ ਤੁਹਾਨੂੰ ਮੈਨੂੰ ਮਾਰਨਾ ਮੂਰਨਾ ਪੈ ਜਾਏ। ਉਹ ਭਾਈ ਸਾਡੀ ਗੱਲ ਸੁਣ ਰਿਹਾ, ਇਸ 'ਚ ਸਾਡਾ ਕੀ ਕਸੂਰ ਆ? ਤੇਰਾ ਸਮਾਨ ਆ ਗਿਆ ਤਾਂ ਅਸੀਂ ਕੀ ਕਰਦੇ? ਤੁਸੀਂ ਆਪਣੇ ਘਰ 'ਚ ਰਹੋ। ਮੇਰੇ ਆਖਣ ਦਾ ਇਹ ਮਤਲਬ ਇਹ ਨਾ ਕਿ ਬਈ ਮੈਂ ਇਹ ਚਾਹੁੰਦਾ ਕਿ ਤੁਹਾਡੀ ਆਵਾਜ਼ ਮੇਰੇ ਕੰਨਾਂ 'ਤੇ ਨਹੀਂ ਆਉਣੀ ਚਾਹੀਦੀ। ਭਾਈ ਜਾਨ ਤੁਸੀਂ ਮਾਜ਼ਰਤ ਚਾਹੁੰਦੇ ਹਾਂ, ਅਸੀਂ ਬੋਲਦੇ ਹੀ ਨਹੀਂ ਤੁਹਾਡੇ ਕੋਲ, ਠੀਕ ਆ? ਹੁਣ ਸਾਡਾ ਕੀ ਕਸੂਰ ਆ ਭਲਾ, ਸਾਨੂੰ ਦੱਸੋਗੇ? ਤੁਹਾਡਾ ਕਸੂਰ ਇਹ ਕਿ ਮੈਂ ਤੁਹਾਡੇ ਗਵਾਂਢ ਮਕਾਨ ਲਿਆ ਕਿ? ਅੱਛਾ ਅੱਛਾ, ਇਹ ਸਾਡੀ ਗਲਤੀ ਆ। ਤੁਹਾਡੀ ਨਹੀਂ ਗਲਤੀ ਨਾ, ਤੁਹਾਨੂੰ ਚਾਹੀਦਾ ਕਿ ਤੁਸੀਂ ਜ਼ਿਆਦਾ ਬੋਲਣਾ ਨਹੀਂ। ਅਸੀਂ ਵੀ ਆਹ ਤੁਹਾਡੇ ਕੋਲ ਮਾਜ਼ਰਤ ਮੰਗਦੇ ਹਾਂ, ਅਸੀਂ ਜ਼ਰੀ ਆਵਾਜ਼ ਨਹੀਂ ਕਰਦੇ। ਹੁਣ ਤੁਸੀਂ ਜਾ ਸਕਦੇ ਹੋ ਭਾਈ, ਤੁਸੀਂ 2 ਮਿੰਟ ਆ ਕੇ ਮੇਰੀ ਸਾਈਡ 'ਤੇ ਗੱਲ ਸੁਣ ਸਕਦੇ ਹੋ, ਕਿਉਂਕਿ ਮੈਂ ਇਹ ਚਾਹੁੰਦਾ ਤੁਹਾਡਾ ਮੇਰਾ ਕੋਈ ਮਸਲਾ ਨਾ ਬਣੇ। ਭਾਈ ਜਾਨ ਸਾਨੂੰ ਆਪਣੇ ਕੰਮ ਬਹੁਤ ਆ, ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ ਭਾਈ, ਹਾਲੀ ਸਾਨੂੰ ਆਪਣਾ ਕੰਮ ਮੁਕਾਉਣ ਦਿਓ। ਮੈਂ ਨਾ ਕੋਈ ਵਾਧਾ ਘਾਟਾ ਨਾ ਹੋ ਜਾਵੇ, ਬਿਲਕੁਲ ਆ ਕੇ ਗੱਲ ਸੁਣ ਲਓ। ਉਹ ਭਾਈ ਹੁਣ ਤੂੰ ਚਾਹੁੰਦਾ ਕੀ ਆ ਯਾਰ, ਸਾਨੂੰ ਕੋਈ ਆਪਣਾ ਕਰਨਾ? ਮੈਂ ਚਾਹੁੰਦਾ ਕਿ ਤੁਸੀਂ ਮੇਰੀ ਆ ਕੇ ਉੱਥੇ ਗੱਲ ਸੁਣੋ ਯਾਰ, ਆਪਣਾ ਕੰਮ ਤਾਂ ਦਿਓ, ਆਪਣਾ ਸਮਾਨ ਸੈੱਟ ਕਰ, ਤੂੰ ਬਾਅਦ 'ਚ ਸਾਡੇ ਨਾਲ। ਮੈਂ ਭਾਈ ਆਇਆ ਇੱਥੇ ਨਾਲ ਦੇ ਮਕਾਨ 'ਤੇ ਕਿਰਾਏ 'ਤੇ ਰਹਿਣ ਯਾਰ, ਇਹ ਤੇਰੇ ਜ਼ਬਾਨ ਦਾ ਬੰਦਾ ਯਾਰ। ਮੈਂ ਚਾਹੁੰਦਾ ਕਿ ਤੁਸੀਂ ਆ ਕੇ ਮੇਰੀ ਗੱਲ ਸੁਣੋ ਭਾਈ, ਲੱਗੇ ਜਾਂਦੇ ਆ ਸੁਣ ਲੈਂਦੇ ਆ ਗੱਲ, ਤੇ ਆਪਣਾ ਕੰਮ ਨਹੀਂ ਕਰਨਾ ਤੂੰ ਪਾਗਲ ਆ? ਮੈਂ ਨਹੀਂ ਚਾਹੁੰਦਾ ਕਿ ਤੂੰ ਆਡਾ ਮੇਰਾ ਕੋਈ ਮਸਲਾ ਬਣੇ। ਉਹ ਭਾਈ ਜਾਨ ਮਾਜ਼ਰਤ ਕਰਦੇ ਆ ਤੇਰੇ ਕੋਲ, ਮਿਹਰਬਾਨੀ ਤੇਰੀ ਯਾਰ, ਜਾ ਸਾਨੂੰ ਆਪਣਾ ਕੰਮ ਕਰ ਲੈਣ ਦੇ ਯਾਰ। ਯਾਰ ਮੇਰਾ ਦਿਮਾਗ ਕਿਸੇ ਕਿਸੇ ਟਾਈਮ ਹਲ ਜਾਂਦਾ, ਮੈਂ ਇਹ ਚਾਹੁੰਦਾ ਕਿ ਤੁਸੀਂ ਆ ਕੇ ਮੇਰੀ ਗੱਲ ਸੁਣੋ ਯਾਰ, ਦਿਮਾਗ ਤੇਰਾ ਸਾਨੂੰ ਇੱਕ ਗੱਲ ਸੁਣ ਜਾਣੀ ਹੈ ਯਾਰ। ਆਹ ਦੇਖ ਨਾ ਤੇਰੀ ਮਿਹਰਬਾਨੀ ਯਾਰ, ਸਾਨੂੰ ਆਪਣਾ ਕੰਮ ਕਰ ਲੈਣ ਦੇ, ਤੂੰ ਜਾ ਯਾਰ ਆਪਣਾ ਕੰਮ ਕਰ, ਤੂੰ ਆਪਣਾ ਸਮਾਨ ਸ਼ਿਫਟ ਕਰ ਲੈ, ਬਾਅਦ 'ਚ ਤੈਨੂੰ ਟਾਈਮ ਦਿੰਦੇ ਹਾਂ ਯਾਰ, ਸਾਨੂੰ ਆਪਣਾ ਕੰਮ ਕਰ। ਤੇਰਾ ਨਾਮ ਕੀ?
ਸ਼ੇਰਾ ਸ਼ੇਰਾ ਯਾਰ ਤੂੰ ਇਹਨੂੰ ਆਪਣੀ ਜ਼ਬਾਨ ਸਮਝਾ ਯਾਰ, ਮੇਰੀ ਜ਼ਬਾਨ ਇਹਨੂੰ ਸਮਝ ਨਹੀਂ ਆਉਂਦੀ, ਇਹਨੂੰ ਜਲਦੀ ਸਮਝਾ ਯਾਰ, ਆਪਾਂ ਆਪਣਾ ਕੰਮ ਵੀ ਕਰਨਾ ਯਾਰ, ਮਿਹਰਬਾਨੀ ਕਰਾਈ ਇਹਨੂੰ ਕੁਝ ਸਮਝਾ ਲਾ, ਮੇਰਾ ਦਿਮਾਗ ਕਿਸੇ ਟਾਈਮ ਬਹੁਤ ਹਾਈ ਹੋ ਜਾਂਦਾ ਤੇ ਮੈਂ ਇਹ ਨਹੀਂ ਚਾਹੁੰਦਾ ਵੀ ਗਵਾਡੀਆਂ ਦਾ ਕੋਈ ਮਸਲਾ ਬਣੇ, ਹੈਂ ਵੀ ਤੁਸੀਂ ਸਾਡੇ ਭਰਾ ਹੋ ਅਨਸਾਰ, ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਡਾ ਮੇਰਾ ਕੋਈ ਐਸਾ ਮਸਲਾ ਬਣ ਜਾਵੇ ਵੀ ਜਿਸ ਵਜ੍ਹਾ ਕਰਕੇ ਸਾਨੂੰ ਕਤਲਾਂ 'ਤੇ ਗੱਲ ਆ। ਇਹਨੂੰ ਸਮਝਾ ਯਾਰ, ਮੇਰੇ ਬਹੁਤ ਕੱਬਾ ਬੰਦਾ, ਠੀਕ ਆ ਨਾ, ਇਹਨੂੰ ਸਮਝਾ ਲਾ, ਦੱਸ ਲਾ ਪਹਿਲੇ ਇਹਨੂੰ ਸਮਝਾ ਯਾਰ, ਆਪਣੀ ਜ਼ਬਾਨ 'ਤੇ ਸਮਝਾ ਦੇ। ਮੈਂ ਚਾਹੁੰਦਾ ਕਿ ਤੁਸੀਂ ਆ ਕੇ ਮੇਰੀ ਸਾਈਡ 'ਤੇ ਗੱਲ ਸੁਣ ਲਓ, ਮੁੜ ਤੁਹਾਡਾ ਦਿਲ ਕਰੇ ਤਾਂ ਇੱਥੇ ਰਹੋ, ਦਿਲ ਨਾ ਕਰੇ ਤਾਂ ਨਾ ਰਹੋ, ਕਿਉਂਕਿ ਆਹ ਮੇਰਾ ਸਮਾਨ ਆ ਗਿਆ, ਮੈਂ ਤਾਂ ਰਹਿਣਾ ਹੀ ਰਹਿਣਾ। ਤੇਰਾ ਸਮਾਨ ਆ ਗਿਆ, ਮੇਰਾ ਵਿਆਹ ਇਹ ਆਉਂਦਾ ਹੈ, ਤੈਨੂੰ ਤਾਂ ਉਹਦੀ ਗੱਲ ਸਮਝ ਕਾ ਨਹੀਂ ਆਉਂਦੀ। ਆਉਂਦੀ ਪਈ, ਆਉਂਦੀ ਪਈ, ਉਹ ਬੜਾ ਉੱਠਣ ਉੱਠਣ ਤੋਂ ਬੁਲਿੰਦਾ, ਉਹ ਤੇਰੇ ਕੋਲ ਤਾਂ ਮਾਜ਼ਰਤ ਕਰਾਉਂਦਾ ਪਿਆ ਆਉਂਦਾ ਪਿਆ, ਬਈ ਸਾਨੂੰ ਆਪਣਾ ਕੰਮ ਕਰਨ ਦੇ ਮੁਬਾ ਦੇ ਤੇਰੀ ਗੱਲ ਸੁਣ ਲੈਂਦੇ ਹਾਂ। ਮੈਂ ਆਇਆ ਕਿਉਂਕਿ ਤੁਸੀਂ ਬੜਾ ਉੱਚਾ ਉੱਚਾ ਬੋਲਦੇ ਪਏ ਆ, ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਡੀ ਆਵਾਜ਼ ਮੇਰੇ ਕੰਨਾਂ 'ਤੇ ਉੱਚੀ ਪਵੇ। ਗੱਲ ਪਤਾ ਕੀ ਹੈ, ਇਹਦੀ 2 ਮਿੰਟ ਗੱਲ ਸੁਣ ਲੈਂਦੇ ਹਾਂ, ਆਪਾਂ ਫਿਰ ਬਾਅਦ 'ਚ ਆਪਣਾ ਕੰਮ ਕਰ ਲਵਾਂਗੇ। ਇਹ ਬੇਵਕੂਫ ਜਿਹਾ ਬੰਦਾ ਵਾ ਯਾਰ, ਇਹਦੀ ਸੁਣ ਕੇ ਅਤੇ ਬਾਅਦ 'ਚ ਇਹਨੂੰ ਜਵਾਬ ਦੇ ਦਾਂਗੇ, ਠੀਕ ਹੈ। ਇਹਨੂੰ ਕਹਿ ਦੱਸੇ ਯਾਰ ਕਿੱਥੇ ਗੱਲ ਸੁਣਨੀ ਅਸੀਂ, ਤੁਸੀਂ ਮੇਰੇ ਉਹ ਵੀਰਾ, ਕਿਉਂਕਿ ਤੁਹਾਡੀ ਇਸ ਮਾਲੇ ਚੰਗੀ ਭਲੀ ਇੱਜ਼ਤ ਹੋਣੀ ਹੈ, ਮੈਂ ਇਹ ਨਹੀਂ ਚਾਹੁੰਦਾ ਬਈ ਤੁਹਾਡੀ ਇੱਜ਼ਤ ਖਰਾਬ ਹੋ ਗਈ, ਹੈਂ। ਮੈਂ ਇਹ ਚਾਹੁੰਦਾ ਕਿ ਤੁਸੀਂ ਮੇਰੀ ਆ ਕੇ ਸਾਈਡ 'ਤੇ ਗੱਲ ਸੁਣ ਲਓ। ਉਹ ਭਾਈ ਅਸੀਂ ਸ਼ੌਕ ਤੋਂ ਰਹਿ ਰਹੇ ਹਾਂ, ਇੱਕ ਮਿੰਟ ਭਾਈ, ਤੂੰ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ, ਉਸੇ 'ਚ ਮੈਨੂੰ ਗੁੱਸਾ ਆਉਂਦਾ, ਗੁੱਸਾ ਆਉਂਦਾ ਕੋਈ ਨਹੀਂ, ਇਹ ਹੋ ਜਾਂਦਾ ਬਹੁਤ ਜ਼ਿਆਦਾ ਤੇਜ਼। ਮੈਂ ਇਹ ਚਾਹੁੰਦਾ ਕਿ ਮਾਲੇ ਦੇ ਵਿੱਚ ਤੁਹਾਡੀ ਇੱਜ਼ਤ ਨਾ ਖਰਾਬ ਹੋਵੇ। ਉਹ ਯਾਰ ਆਪਣੇ ਕੋਲ ਟਾਈਮ ਨਹੀਂ ਹੈਗਾ ਯਾਰ, ਆ ਜਾਏਗਾ ਅੱਜ ਕੱਲ੍ਹ, ਆਹ ਗੱਲ ਸੁਣਾ ਦੇ, ਕਿੱਥੇ ਗੱਲ ਜਾ, ਸੁਣਾਉਣੀ ਜਲਦੀ ਕਰ ਯਾਰ, ਸਾਡੇ ਕੋਲ ਟਾਈਮ ਨਹੀਂ, ਆ ਜਾਓ, ਆ ਜਾਓ, ਆ ਜਾਓ। ਆ ਜਾਓ ਭਾਈ, ਆ ਜਾਓ ਇੱਥੇ ਬਹੁ। ਓ ਨੋ ਯਾਰ, ਕਿੱਥੇ ਲੈ ਆਇਆ ਯਾਰ, ਕਿੱਦਾਂ ਦੀ ਗੱਲ ਕਰਨੀ ਆ, ਪਤਾ ਨਹੀਂ ਯਾਰ, ਤੂੰ ਇੰਨਾ ਪਿੰਡ ਛੱਡ ਕੇ ਆ ਗਿਆ ਇੱਥੇ ਯਾਰ। ਯਾਰ ਮੈਂ ਤੁਹਾਨੂੰ ਸਮਝਾਉਣਾ, ਕੋਈ ਐਸੀ ਵੈਸੀ ਗੱਲ ਨਹੀਂ ਕਰਨੀ ਬਹੁ। ਯਾਰ ਬਹਿ 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 ਯਾਰ, ਇੰਨਾ ਖੱਪ ਨਾ ਪਾ ਯਾਰ, ਬਹਿ ਜਾ ਬਹੁ, ਬਹਿ ਜਾ, ਬਹਿ ਜਾ, ਬਹਿ ਜਾ, ਤੇਰੀ ਗੱਲ ਸੁਣ। ਅੱਛਾ ਭਾਈ, ਮੇਰੇ ਆਖਣ ਦਾ ਇਹ ਮਤਲਬ ਹੈ ਯਾਰ, ਤੂੰ ਉਹਦੇ ਨਾਲ ਗੱਲ ਕਰ, ਤੇਰੀ ਮੈਨੂੰ ਸਮਝ ਨਹੀਂ ਆਉਂਦੀ ਯਾਰ, ਉਹਦੇ ਨਾਲ ਉਹ ਮੈਨੂੰ ਆਪੇ ਸਮਝਾ ਲਊਗਾ ਯਾਰ। ਆਪਣੇ ਕੋ ਟਾਈਮ ਨਹੀਂ ਆ ਯਾਰ, ਜਲਦੀ ਕਰ। ਮੈਂ ਇਹ ਚਾਹੁੰਦਾ ਜੀ ਕਿ ਮੈਂ ਤੁਹਾਡੇ ਆਇਆ ਗਵਾਟ, ਕੀ ਕਿਹਾ ਯਾਰ ਇਹਨੇ, ਯਾਨੀ ਕਿ ਮੈਂ ਤੁਹਾਡਾ ਹਮਸਾਇਆ। ਅੱਛਾ ਅੱਛਾ, ਹਮਸਾਇਆ, ਹਮਸਾਇਆ ਦੀ ਸਮਝ ਆਉਂਦੀ ਜੀ ਜੀ, ਹਮਸਾਇਆ ਦੀ ਅਸੀਂ ਇੱਜ਼ਤ ਕਰਦੇ ਹਾਂ ਭਾਈ। ਹਾਂ, ਤੇ ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਡਾ ਮੇਰਾ ਕੋਈ ਐਸਾ ਮਸਲਾ ਬਣੇ ਜਿਸ ਦੇ ਵਿੱਚ ਇੱਕ ਦੂਸਰੇ ਨੂੰ ਜੇਲ੍ਹ ਨਾ ਹੋ ਜਾਵੇ। ਓ ਨੋ, ਕਿਉਂ ਮਸਲਾ ਬਣਨਾ ਯਾਰ, ਅਸੀਂ ਇੱਕ ਦੂਸਰੇ ਨਾਲ ਖਿੱਚ ਮਿੱਚ ਵੀ ਨਹੀਂ ਕਰਨੀ ਤੇ ਮਸਲਾ ਕਿਉਂ ਬਣਨਾ ਯਾਰ, ਕਿੱਦਾਂ ਦੀ ਸੋਚ ਰੱਖ ਕੇ ਯਾਰ ਬਹਿ ਗਿਆ ਤੂੰ। ਯਾਰ ਇਹਨੂੰ ਕੋਈ ਸਮਝਾ ਬਈ ਮੇਰੇ ਆਖਣ ਦਾ ਇਹ ਮਤਲਬ ਹੈ, ਜਦੋਂ ਕੋਈ ਛਿੱਕ ਕੇ ਬੋਲਦਾ ਨਾ ਜ਼ਿਆਦਾ ਆਵਾਜ਼ ਨਾਲ,
ਤੇ ਮੈਨੂੰ ਅਲਰਜੀ ਹੁੰਦੀ। ਓ ਨੋ, ਤੁਸੀਂ ਖੱਪ ਖੁੱਪ ਪਾਣੀ ਉੱਥੇ ਤੇ ਮੈਨੂੰ, ਮੇਰੇ ਕੋਲ ਬਰਦਾਸ਼ਤ ਨਹੀਂ ਹੋਣੀ, ਐਵੇਂ ਕੋਈ ਤੁਹਾਨੂੰ ਫਾਇਰ ਫੂਰ ਮਾਰ ਦੇਵਾਂ ਤੇ ਕੋਈ ਇਹ ਮੈਂ ਨਹੀਂ ਚਾਹੁੰਦਾ ਕਿ ਮਸਲਾ ਪੈਦਾ ਹੋ ਜਾਵੇ। ਓ ਯਾਰ ਤੇਰੀ ਮਿਹਰਬਾਨੀ, ਹਾਲੇ ਯਾਰ ਸ਼ਿਫਟ ਵੀ ਨਹੀਂ ਹੋਇਆ, ਪਹਿਲੇ ਤੂੰ ਆਪਣੀ ਦੱਸਣ ਲੱਗ ਪਿਆ ਯਾਰ। ਤੇਰੀ ਮਿਹਰਬਾਨੀ, ਇੱਕ ਵਾਰੀ ਸ਼ਿਫਟ ਦੇ ਹੋ, ਤੇਰੇ ਰਹਿਣ ਸਹਿਣ ਦਾ ਸਾਨੂੰ ਪਤਾ ਚੱਲੇ। ਮੈਂ ਜਿੱਥੇ ਗਈਆਂ ਨਾ, ਮੈਂ ਪਹਿਲੇ ਹਮ ਸਾਇਆਂ ਨੂੰ ਸਮਝਾਇਆ ਬਈ ਕੋਈ ਉੱਚੀ ਆਵਾਜ਼ ਨਾਲ ਗੱਲ ਨਾ ਕਰੇ ਕਿਉਂਕਿ ਤੁਹਾਡੀ ਆਵਾਜ਼ ਮੇਰੇ ਕੰਨਾਂ ਤੇ ਪੈ ਗਈ। ਓ ਨੋ, ਬਾਅਦ ਦੇ ਮਸਲਾ ਖੜਾ ਹੋ ਜਾਣਾ, ਉਸ ਦਾ ਕੋਈ ਜ਼ਿੰਮੇਵਾਰ ਮੈਂ ਨਹੀਂ। ਸਮਝ ਆਈ? ਤੁਹਾਨੂੰ ਮੈਂ ਇਹ ਗੱਲ ਦੱਸਣੀ ਹੈ ਕਿ ਮੈਂ ਹਾਂ, ਦਿਮਾਗ ਮੇਰਾ ਫਿਰਿਆ ਰਹਿੰਦਾ ਹੈ। ਅੱਛਾ ਅੱਛਾ, ਮੈਨੂੰ ਇਹ ਮਸਲਾ ਵੀ ਦਿਮਾਗ ਦਾ ਮਸਲਾ ਹੈ ਅਤੇ ਮੈਂ ਕਿਸੇ ਕਿਸੇ ਟਾਈਮ ਪਾਗਲ ਹੋ ਜਾਂਦਾ। ਦੀਵਾਰ ਦੀਆਂ ਮੈਂ ਇੱਕ ਦਿਨ ਦੀਆਂ ਮੈਂ 5 ਸੁਬਹਾ, 5 ਦੁਪਹਿਰ ਅਤੇ 5 ਸ਼ਾਮੀ 15 ਗੋਲੀਆਂ ਖਾਂਦਾ, 15 ਗੋਲੀਆਂ। ਜਿਹੜਾ ਬੰਦਾ 15 ਗੋਲੀਆਂ ਖਾਂਦਾ ਉਹਦਾ ਦਿਮਾਗ ਕਿੱਥੇ ਹੁੰਦਾ, ਤੁਹਾਨੂੰ ਪਤਾ ਕੋਈ ਅੰਦਾਜ਼ਾ? ਯਾਰ ਭਾਈ ਮੇਰੀ ਗੱਲ ਸੁਣ, ਹਾਂ ਇੱਕ ਵਾਰੀ ਯਾਰ ਤੂੰ ਆ ਕੇ ਸੈੱਟ ਹੋ। ਅਸੀਂ ਭਾਈ ਤੇਰੇ ਵਾਸਤੇ ਕੀ ਕਰ ਸਕਦੇ ਹਾਂ ਯਾਰ, ਸਾਨੂੰ ਦੱਸ ਦੇ ਤੇਰੀ ਮਿਹਰਬਾਨੀ ਯਾਰ। ਯਾਰ ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਮੇਰੇ ਵਾਸਤੇ ਕੋਈ ਕਰੋ, ਨਾ ਕੋਈ ਮੈਂ ਤੁਹਾਨੂੰ ਆਖਣਾ ਵੀ ਤੁਸੀਂ ਮੇਰੀ ਵਾਸਤੇ ਕੋਈ ਕਤਲ ਕਰ ਦਿਓ, ਕੋਈ ਬੰਦਾ ਮਾਰ ਦੇਵੋ। ਮੈਂ ਇਹ ਚਾਹੁੰਦਾ ਨਹੀਂ, ਨਹੀਂ ਮੈਂ ਇਹ ਚਾਹੁੰਦਾ ਕਿ ਅੱਲਾ ਨਾ ਕਰੇ ਕਿਸੇ ਨਾਲ ਵੀ ਨਾ ਇਹ ਗੱਲ ਹੋਵੇ। ਬਹਰਹਾਲ ਇੱਕ ਗੱਲ ਮੈਨੂੰ ਪਸੰਦ ਕਿ ਸ਼ੋਰ ਨਾ ਹੋਵੇ। ਭਾਈ ਅਸੀਂ ਹੁਣ ਕੀ ਕਰ ਸਕਦੇ, ਹੁਣ ਮਾੜਾ ਜਿਹਾ ਬੋਲ ਵੀ ਨਹੀਂ ਸਕਦੇ। ਬੋਲੋ ਬੋਲੋ, ਉਹ ਕਿੱਦਾਂ ਬੋਲੀਏ ਯਾਰ, ਤੂੰ ਕਹਿੰਦਾ ਸ਼ੋਰ ਪਸੰਦ ਨਹੀਂ, ਹੁਣ ਆਵਾਜ਼ ਵੀ ਨਾ ਮੂੰਹ ਚੋਂ ਕੱਢੀਏ ਯਾਰ। ਯਾਰ ਤੁਸੀਂ ਕੀ ਮਿਰਾਸੀ ਹੋ ਜਿਹੜੇ ਘਰ ਤਬਲੇ ਵਗਾਣੇ ਤੁਸੀਂ? ਯਾਰ ਅਸੀਂ ਉਹ ਗੱਲ ਨਹੀਂ ਕਰਦੇ, ਮੇਰੀ ਆਦਤ ਤਾਂ ਮੈਂ ਥੋੜ੍ਹਾ ਗੁੱਸੇ ਨਾਲ ਬੋਲਦਾ ਹੁੰਦਾ, ਹਾਂ ਮੇਰੀ ਆਵਾਜ਼ ਉੱਚੀ ਨਿਕਲ ਜਾਂਦੀ ਹੈ। ਬਸ ਤੇਰਾ ਕਤਲ ਪੱਕਾ ਮੇਰੇ ਕੋਲ। ਓ ਯਾਰ ਕੀ ਹੁਣ ਅਸੀਂ ਮੈਨੂੰ ਸਮਝਾ ਦੇ ਕਿ ਮੇਰੇ ਕੰਨਾਂ ਤੇ ਉੱਚੀ ਆਵਾਜ਼ ਨਾ ਆਵੇ। ਸਮਝਾ ਦਿੰਦੇ ਹਾਂ ਜੀ। ਹਾਂ ਯਾਰ ਇਹਨੂੰ ਕਹਿ, ਮੈਂ ਪੁੱਠੀ ਜਿਹੀ ਤਬੀਅਤ ਦਾ ਬੰਦਾ, ਪੁੱਠੀ ਜਿਹੀ ਤਬੀਅਤ ਦਾ ਐਵੇਂ ਕੋਈ ਕਤਲ ਕੁਤਲ ਹੋ ਜਾਵੇ ਤਾਂ ਮੁੜ ਬਾਅਦ ਕੋਈ ਗੀਲਾ ਮੈਂ ਭਾਈ ਤੇਰੇ ਕੋਲ, ਸਾਡੇ ਕੋਲ ਜਦੋਂ ਭੁੱਲ ਚੁੱਕ ਕੇ ਉੱਚੀ ਆਵਾਜ਼ ਨਿਕਲ ਕੇ ਤੇਰੇ ਕੋਲ ਮਾਜ਼ਰਤ ਕਰ ਲਾਂਗੇ ਫੇਰ ਸਹੀ। ਨਾ ਮਾਜ਼ਰਤ ਵੀ ਨਹੀਂ ਹੋ ਸਕਦੀ ਕਿਉਂਕਿ ਇਸੇ ਵਜ੍ਹਾ ਕਰਕੇ ਮੈਂ ਤੁਹਾਨੂੰ ਪਹਿਲੇ ਆ ਕੇ ਸਮਝਾਇਆ, ਤੇਰਾ ਕਰਕੇ ਮੈਂ ਮੂੰਹ ਤੇ ਜ਼ਿਪ ਨਾ ਲਵਾ ਲਾਂ। ਓ ਨੋ, ਉੱਚੀ ਆਵਾਜ਼ ਨਾਲ ਬੋਲਿਆ ਨਾ, ਆਪਣੇ ਕੋ ਟਾਈਮ ਨੀ ਹੈਗਾ, ਆਪਾਂ ਕੋਠੀ ਦਾ ਵੀ ਕੁਝ ਕਰਨਾ ਯਾਰ, ਕੋਠੀ ਦਾ ਹੀ ਕਰਨਾ। ਤੁਸੀਂ ਮੇਰੇ ਵਾਸਤੇ ਇਹੋ ਕੁਝ ਕਰੋ ਕਿ ਐਸਤਾ ਬੋਲੋ ਕਿਉਂਕਿ ਮੇਰਾ ਦਿਮਾਗ ਹਲ ਜਾਂਦਾ ਯਾਰ, ਤੇ ਐਵੇਂ ਮੈਂ ਨਾ ਕੋਈ ਕਤਲ ਕੁਤਲ ਨਾ ਹੋ ਜਾਵੇ। ਓ ਭਾਈ ਇੱਕ ਤਾਂ ਮੈਂ ਤੈਨੂੰ ਦੱਸਾਂ, ਮੈਂ ਨਹੀਂ ਚਾਹੁੰਦਾ ਬਈ ਕਤਲ ਹੋ ਜਾਵੇ, ਤੁਹਾਡੀ ਵਜ੍ਹਾ ਕਰਕੇ ਮੈਨੂੰ ਜੇਲ ਹੀ ਸੜਨਾ ਪਵੇ। ਮੈਂ ਇਸੇ ਵਜ੍ਹਾ ਕਰਕੇ ਤੁਹਾਨੂੰ ਸਮਝਾ ਰਹੀ ਹਾਂ ਕਿ ਮੈਂ ਤੁਹਾਡੇ ਗਵਾਂਢ ਆਇਆ, ਯਾਨੀ ਕਿ ਤੁਹਾਡਾ ਹਮਸਾਇਆ ਯਾਰ ਆ ਦੇ ਸਾਨੂੰ ਯਾਰ, ਤੂੰ ਰਹਿ ਲਾ ਅਸੀਂ ਚਲੇ ਜਾਈਏ, ਸਹੀ ਆ ਤੂੰ ਰਹਿ ਲਾ ਯਾਰ, ਇਕੱਲਾ ਰਹੀਂ ਅਸੀਂ ਚਲ ਜਾਂਦੇ ਹਾਂ, ਆਪਣੇ ਛੱਡ ਦਿੰਦੇ ਹਾਂ ਯਾਰ। ਮੈਂ ਤੈਨੂੰ ਛੱਡਣ ਦਾ ਆਖਿਆ, ਮੈਂ ਤੈਨੂੰ ਆਖਿਆ ਛੱਡਣ ਦਾ ਯਾਰ, ਜਿਸ ਮਕਾਨ 'ਚ ਕਦੇ ਬੋਲਣਾ ਨਹੀਂ ਹੈਗਾ ਤੇ ਉਹ 'ਚ ਰਹਿ ਕੇ ਕੀ ਕਰਨਾ ਯਾਰ, ਉਹ ਦੱਸਦਾ ਨਹੀਂ ਯਾਰ ਇਹਨੂੰ ਤੂੰ। ਹਾਂ ਬਈ ਅਸਾਂ ਇੱਥੇ ਬੋਲਣਾ ਹੀ ਨਹੀਂ ਤਾਂ ਮੋੜਾ ਸੱਚ ਰਵੀਏ ਕਿਉਂ?
ਓ ਯਾਰ ਮੈਂ ਤੁਹਾਨੂੰ ਰੋਕਿਆ ਬਈ ਇੱਥੇ ਰਹੋ ਜਾਂ ਨਾ ਰਹੋ। ਓ ਨੋ ਨਾ ਇੱਥੇ ਰਹਿਣਾ ਕਿਦੋਂ ਹੈ? ਦੱਸ ਯਾਰ ਇਹਨੂੰ ਕਿੱਦਾਂ ਰਹਿਣਾ ਉੱਥੇ, ਮੈਨੂੰ ਦੱਸਿਆ ਤਾਂ ਸਹੀ। ਮੈਂ ਇਹ ਚਾਹੁੰਦਾ ਕਿ ਤੁਸੀਂ ਤੁਹਾਡੀ ਬਸ ਆਵਾਜ਼ ਨਾ ਆਵੇ ਮੇਰੇ ਕੰਨਾਂ ਤੋਂ ਬਸ। ਯਾਰ ਇਹਨੂੰ ਸਮਝਾ, ਆਪਣੀ ਜ਼ਬਾਨ 'ਚ ਸਮਝਾ ਯਾਰ, ਮੇਰੇ ਕੋਲ ਸਮਝ ਨਹੀਂ ਹੁੰਦਾ ਇਹ ਬੰਦਾ। ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਡੀ ਮੇਰੀ ਹੱਥੋਂ ਪਾਈ ਹੋ ਜਾਵੇ। ਓ ਨੋ ਤੇ ਬਿਹਤਰ ਸਮਝ ਜਾ, ਤੁਹਾਡੀ ਆਵਾਜ਼ ਨਾ ਆਵੇ। ਓ ਯਾਰ ਮੈਨੂੰ ਇਹ ਦੱਸ, ਹੁਣ ਤੂੰ ਰਵੇਂ, ਤੂੰ ਬੋਲੇ ਨਾ ਤੇ ਤੂੰ ਯਾਰ ਕਿੱਦਾਂ ਰਹਿ ਸਕਦਾ ਮੈਨੂੰ ਦੱਸ। ਮੈਂ ਇੱਕ ਬੰਦਾ ਮੈਂ ਕਹਿੰਦੇ ਨਾਲ ਬੋਲਣਾ ਹੈ ਯਾਰ। ਤੂੰ ਸ਼ਿਫਟ ਕਦੋਂ ਹੋ ਰਿਹਾ? ਮੈਂ ਹੁਣੇ ਹੀ ਸਮਾਨ ਲੈ ਕੇ ਆਇਆ ਬਾਹਰ, ਰੇੜੀ ਨਹੀਂ ਵੇਖੀ ਤੂੰ? ਯਾਰ ਪਹਿਲੇ ਬੰਦਾ ਸਮਾਨ ਸੈੱਟ ਕਰਦਾ, ਆਂਢੀ ਗਵਾਂਢੀ ਨੂੰ ਦੇਖਦਾ ਬੰਦਾ ਕਿੱਦਾਂ ਦੇ ਹੈਗੇ। ਤੂੰ ਯਾਰ ਆਉਂਦਾ ਤੁਸੀਂ ਸਾਨੂੰ ਵੇਖਿਆ, ਤੁਸੀਂ ਖੱਪਾ ਰਹੇ ਆ ਦੂਏ ਭਾਈ। ਅੱਛਾ ਹਾਂ, ਉਹ ਯਾਰ ਅਸੀਂ ਖੱਪ ਨਹੀਂ ਪਾ ਰਹੇ ਸੀ, ਅਸੀਂ ਕੋਈ ਆਪਣਾ ਸਵਾਂਜ ਲਾ ਰਹੇ ਸੀਗੇ ਦੂਸਰੇ ਦਾ। ਕੋਠੀ ਸਾਡੀ ਹੈਗੀ, ਅਸੀਂ ਆਪਣੇ ਸ਼ੌਕ ਤੋਂ ਰਹਿ ਰਹੇ ਇੱਥੇ। ਉਹ ਕਿੱਥੇ ਤੇਰੀ ਕੋਠੀ? ਉਹ ਆਪਣੇ ਹੈਗੀ ਕੋਠੀ ਬਹੁਤ ਵੱਡੀ, ਉੱਥੇ ਜਾ ਕੇ ਰਹੋ। ਇੱਥੇ ਕੀ ਲੈ ਰਹੇ ਹੋ ਤੁਸੀਂ? ਉਹ ਭਾਈ ਸਾਡਾ ਸ਼ੌਕ ਆ, ਗਰੀਬਾਂ ਵਾਂਗੂ ਰਹਿਣਾ ਸਾਡਾ ਸ਼ੌਕ ਆ, ਠੀਕ ਆ ਨਾ? ਭਾਵੇਂ ਗਰੀਬਾਂ ਰਹੋ ਤੇ ਭਾਵੇਂ ਅਮੀਰਾਂ ਰਹੋ, ਬਸ ਤੁਹਾਡੀ ਆਵਾਜ਼ ਨਾ ਮੇਰੇ ਕੰਨ, ਤੁਹਾਡੀ ਮਿਹਰਬਾਨੀ। ਐ ਕੋਈ ਕਤਲ ਕੁਤਲ ਹੋ ਜਾਵੇ ਉਹਦਾ ਕੋਈ ਫਾਇਦਾ ਨਹੀਂ। ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਡੇ ਮਗਰ ਮੈਨੂੰ ਜ਼ਿੰਦਗੀ ਭਰ ਜੇਲ੍ਹ ਹੀ ਸਕਣਾ। ਆਹ ਦੇਖਦਾ ਅਸੀਂ ਰਹਿ, ਤੂੰ ਰਹਿ ਇੱਥੇ, ਅਸੀਂ ਚੱਲ ਜਾਂਦੇ ਹਾਂ ਯਾਰ, ਤੇਰੀ ਮਿਹਰਬਾਨੀ ਯਾਰ। ਮੈਂ ਤੁਹਾਨੂੰ ਚਲੇ ਜਾਓ ਯਾਰ, ਤੂੰ ਰਹਿ ਲਾ, ਐਵੇਂ ਹੱਥੋਂ ਪਾਈ ਯਾਰ, ਤੇਰੀ ਮਿਹਰਬਾਨੀ, ਐਵੇਂ ਹੱਥੋਂ ਪਾਈ ਤੇ ਕਰ ਲਾ ਫਿਰ ਤੋਂ ਭਾਈ। ਦੱਸ ਤੂੰ ਕੀ ਕਰੇਗਾ? ਇਨਸਾਨ ਸੁਭਾਅ ਦਾ ਮੈਂ ਸਮਝਾ ਰਿਹਾ ਕਿ ਨਹੀਂ ਹੱਥੋਂ ਭਾਈ ਕਿੱਦਾਂ ਕਰ ਸਕਦਾ? ਦੱਸ ਕਿੱਦਾਂ ਹੱਥੋਂ ਪਾਈ ਜੀ ਤਵੇ ਅੱਗੇ? ਓ ਯਾਰ ਮੈਂ ਤੇਰੇ ਅਰਗੇ ਮੈਂ ਬਹੁਤ ਦੇਖੇ। ਕੀ ਕਰਨਾ ਤੂੰ ਮੈਨੂੰ ਦੱਸ ਤੇ, ਤੂੰ ਕਰੂੰਗਾ ਕੀ? ਦੱਸ ਯਾਰ, ਇਹਨੂੰ ਸਮਝਾ ਯਾਰ। ਓ ਨੋ ਯਾਰ, ਮੈਂ ਤੈਨੂੰ ਕਹਿੰਦਾ ਤੂੰ ਕਰੂੰਗਾ ਕੀ? ਮੈਨੂੰ ਦੱਸ ਤੇ ਸਹੀ, ਤੂੰ ਸਵੇਰ ਦਾ ਸਾਡਾ ਸਿਰ ਖਾਈ ਜਾਂਦਾ, ਸਾਨੂੰ ਕੰਮ ਕਰਦਾ ਨੂੰ ਤੂੰ ਉਠਾਇਆ ਯਾਰ, ਫਜ਼ੂਲ ਟਾਈਮ ਤੂੰ ਸਾਡੇ ਬਚਾਇਆ ਯਾਰ। ਓਏ ਇਹਨੂੰ ਸਮਝਾ ਲੈ, ਇਤਨਾ ਚੈੜਾ ਨਾ ਹੋਵੇ, ਐਵੇਂ ਤੇਰੀ ਤਬੀਅਤ ਐਵੇਂ ਤਬੀਅਤ ਮੇਰੀ। ਓ ਯਾਰ ਕੀ ਆ ਤੇਰੀ ਤਬੀਅਤ? ਹੈਗੀ ਕੀ ਤੇਰੀ ਤਬੀਅਤ? ਦੱਸ ਤੇ ਸਹੀ, ਕੀ ਆ ਤੇਰੀ ਤਬੀਅਤ? ਐਨ ਸਮਝਾ ਲੈ, ਮੈਂ ਹੱਥੋਂ ਪਾਈ ਹੋ ਜਾਸੀ। ਓ ਯਾਰ ਮੈਨੂੰ ਦੱਸ ਕਦੋਂ ਤੂੰ ਹੱਥੋਂ ਪਾਈ? ਕਿਹੜਾ ਕਰਨੀ ਆ ਤੂੰ ਹੱਥੋਂ ਪਾਈ? ਕਦੋਂ ਕਰਨੀ ਆ ਹੱਥੋਂ ਪਾਈ? ਦੱਸ ਤੇ ਸਹੀ ਮੈਨੂੰ, ਦੱਸ ਕੀ ਕਰ ਯਾਰ, ਐਵੇਂ ਐਵੇਂ ਸਮਝਾ ਲੈ ਮੇਰੀ ਤਬੀਅਤ। ਯਾਰ ਤੇਰੀ ਕੀ ਤਬੀਅਤ? ਕੀ ਆ ਤੇਰੀ ਤਬੀਅਤ? ਦੱਸ ਹੈ, ਦੱਸ ਨਾ ਤੇਰੀ ਤਬੀਅਤ, ਤੇਰੀ ਤਬੀਅਤ ਕੀ ਆ? ਕੀ ਆ ਤੇਰੀ ਤਬੀਅਤ ਦੱਸ ਯਾਰ। ਸਵੇਰ ਦਾ ਤੂੰ ਸਾਡਾ ਟਾਈਮ ਦਾ ਆ ਕੀ ਕਰੀ ਜਾਂਦਾ ਯਾਰ? ਐਨ ਸਮਝਾ ਲੈ ਮੇਰੀ ਐਵੇਂ ਤਬੀਅਤ ਆਊਟ। ਯਾਰ ਤੇਰੀ ਕੀ ਤਬੀਅਤ ਆਊਟ ਹੋਣੀ? ਦੱਸ ਤੇ ਸਵੇਰ ਸਾਡਾ ਤੂੰ ਟਾਈਮ ਜ਼ਾਇਆ ਕਰੀ ਜਾਂਦਾ, ਟਾਈਮ ਜ਼ਾਇਆ ਕਰੀ ਜਾਂਦਾ ਤੂੰ ਸਾਡਾ। ਅਸੀਂ ਆਪਣੇ ਕੰਮ ਹੀ ਲੱਗੇ ਸੀ, ਤੂੰ ਟਾਈਮ ਸਾਡਾ ਜ਼ਾਇਆ ਕੀਤਾ ਸਾਰਾ। ਓਏ ਇਹਨੂੰ ਸਮਝਾ ਲੈ, ਮੇਰੀ ਤਬੀਅਤ ਖਰਾਬ ਹੋ ਜਾਊ। ਓਏ ਯਾਰ ਤੇਰੀ ਤਬੀਅਤ ਕਦੋਂ ਖਰਾਬ ਹੋਣੀ? ਦੱਸ ਬਸ ਹੋਈ ਕਦੋਂ ਖਰਾਬ ਹੋਣੀ ਤੇਰੀ ਤਬੀਅਤ? ਦੱਸ ਐਵੇਂ ਸਮਝਾ ਲੈ ਯਾਰ। ਮੈਂ ਕੀ ਕਰੂੰਗਾ ਦੱਸ, ਮੇਰਾ ਕੀ ਕਰੂੰਗਾ? ਮੈਂ ਸੁਬਾਹ ਤੈਨੂੰ ਬਰਦਾਸ਼ਤ ਕਰ ਰਿਹਾ ਸੁਬਾਹ ਦਾ, ਕੀ ਕਰੂੰ? ਕੋਈ ਗੱਲ ਮਸਲਾ ਬਣ ਜਾ ਯਾਰ, ਕੀ ਮਸਲਾ ਬਣਨਾ ਸੁਬਾਹ? ਕੀ ਮਸਲਾ ਬਣਨਾ ਯਾਰ, ਕੀ ਮਸਲਾ ਬਣਨਾ? ਦੱਸ ਤੈਨੂੰ ਮੈਂ ਬਰਦਾਸ਼ਤ ਕਰ ਜਾਣਾ ਤੁਹਾਡਾ ਬਰਦਾਸ਼ਤ ਕੀਤਾ ਅਸੀਂ। ਇਹਨ ਸਮਝਾ ਲਾ, ਮੈਂ ਗਰਮ ਜਿਹੀ ਤਬੀਅਤ ਆ ਬੰਦਾ, ਐਵੇਂ ਲੜਾਈ ਲੜੂਈ ਹੋ ਜਾ ਸੀ ਇਸ ਦੇ ਮਗਰ ਮੈਨੂੰ ਜੇਲ੍ਹ ਨਾ ਭੋਗਣੀ ਪੈ ਜਾਵੇ। ਇਹਨ ਸਮਝਾ ਲੈ, ਐਵੇਂ ਲੜਾਈ ਹੋ ਜਾ ਸੋ ਕੋਈ ਡਰਾਮਾ ਨਾ ਬਣ ਜਾਵੇ। ਮੈਂ ਇਹ ਚਾਹੁੰਦਾ ਕਿ ਤੁਸੀਂ ਮੇਰੇ ਪੜੋਸੀ ਹੋ ਭਈ, ਇਸ ਵਜ੍ਹਾ ਕਰਕੇ ਸਾਡੀ ਲੜਾਈ ਨਾ ਹੋ ਜਾਵੇ। ਤੇ ਮੈਂ ਬੜੀ ਗਰਮ ਜੀ ਤਬੀਅਤ ਦਾ ਬੰਦਾ, ਕਿਸੇ ਟਾਈਮ ਹੀ ਮੈਨੂੰ ਗੁੱਸਾ ਆ ਸਕਦਾ। ਇਹਨ ਸਮਝਾ ਲੈ, ਐਵੇਂ ਜੇਲ੍ਹ ਨਾ ਭੋਗਣੀ ਪਾ ਯਾਰ। ਕਾਹਦੀ ਤੂੰ ਜੇਲ੍ਹ ਭੋਗਣੀ? ਦੱਸ ਕਾਹਦੀ ਤੂੰ ਜੇਲ੍ਹ ਭੋਗਣੀ? ਦੱਸ ਤੂੰ ਕਾਹਦੀ ਜੇਲ੍ਹ ਭੋਗਣੀ? ਮੈਨੂੰ ਐਵੇਂ ਕਾਵੇ ਚੜ ਜਾ ਸੀ ਯਾਰ, ਤੈਨੂੰ ਗੁੱਸਾ ਆਉਣਾ ਕਦੋਂ ਆ? ਦੱਸ ਤੈਨੂੰ ਕਦੋਂ ਗੁੱਸਾ ਆਉਣਾ? ਮੈਨੂੰ ਦੱਸ ਤੂੰ ਸਵੇਰ ਦਾ ਸਾਡਾ ਟਾਈਮ ਦਾ ਆ ਕਿ ਅਸੀਂ ਆਪਣੇ ਕੰਮ ਹੀ ਲੱਗੇ ਯਾਰ। ਇਹਨੂੰ ਸਮਝਾ ਲਿਆ ਮੇਰੀ ਐਵੇਂ ਤਬੀਅਤ ਆਊਟ ਹੋ ਜਾ ਸੀ ਯਾਰ। ਤੇਰੀ ਕਦੋਂ ਤਬੀਅਤ ਆਊਟ ਹੋਣੀ? ਦੱਸ ਕਦੋਂ ਤੇਰੀ ਤਬੀਅਤ ਆਉਣੀ? ਦੱਸ ਮੈਨੂੰ, ਦੱਸ ਤੇਰੀ ਕਦੋਂ ਤਬੀਅਤ ਆਊਟ ਹੋਣੀ? ਦੱਸ ਤੇ ਸਹੀ।
ਐਵੇਂ ਯਾਰ ਲੜਾਈ ਉਹ ਯਾਰ ਜਦੋਂ ਲੜਾਈ ਹੋਣੀ ਤੇ ਮੈਨੂੰ ਦੱਸ ਦੇ ਯਾਰ ਮੈਂ ਕਰਾਂ ਕਿ ਤਬੀਅਤ ਦਾ ਯਾਰ ਜਦੋਂ ਤੇਰੀ ਯਾਰ ਕਿਦੋਂ ਤੇਰੀ ਤਬੀਅਤ ਕਰਾਂ ਹੋਣੀ ਯਾਰ ਕਿਦੋਂ ਤੇਰੀ ਤਬੀਅਤ ਕਰਾਂ ਹੋਣੀ ਦੱਸ ਤੇ ਸਹੀ ਤੂੰ ਦੱਸ ਕੀ ਕਰਨਾ ਸੀ ਤੂੰ ਮੈਨੂੰ ਦੱਸ ਤੂੰ ਸਾਡੇ ਟਾਈਮ ਦਾ ਆਇਆ ਕੀਤਾ ਯਾਰ ਸਵੇਰ ਦੇ ਅਸੀਂ ਆਪਣੇ ਆਰੇ ਲੱਗੇ ਸੀਗੇ ਉਹ ਯਾਰ ਤੂੰ ਸੁਣਿਆ ਨੀ ਉਹ ਚੌਧਰੀ ਅਨਸਾਰ ਨਾਲ ਪੰਗਾ ਲੈਂਦਾ ਯਾਰ ਮੈਂ ਗਰਮ ਜੀ ਤਬੀਅਤ ਦਾ ਬੰਦਾ ਐਵੇਂ ਮੈਂ ਗੁੱਸਾ ਆ ਗਈ ਤੇ ਇਸ ਦੀ ਮੈਂ ਵਰਾਨੀਆਂ ਨਾਪ ਕੇ ਕਰ ਦੇਣੀਆਂ ਤੇਰੇ ਗੁੱਸੇ ਦੀ ਵਜ੍ਹਾ ਤੂੰ ਨਾ ਹਾਂ ਵਾਕਿਆ ਇੱਥੋਂ ਦੇ ਬੰਦੇ ਬਹੁ ਗੰਦੇ ਮੈਂ ਇੱਥੇ ਰਹਿੰਦਾ ਹੀ ਨਹੀਂ ਦਫਾ ਮਾਰ ਪਰ ਮਜ਼ੀਦ ਐਸੀ ਔਰ ਫਨੀ ਵੀਡੀਓ ਦੇਖਣੇ ਕੇ ਲੀਏ ਹਮਾਰੇ ਅਕਮਲ ਪੇਂਡੂ ਯੂਟਿਊਬ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰੇਂ ਔਰ ਬੈੱਲ ਆਈਕੋਨ ਜ਼ਰੂਰ ਪ੍ਰੈੱਸ ਕਰੇਂ।